मैं राम कुमार नफरा, सिटी प्रधान जीरकपुर, बहुजन समाज पार्टी आपके चैनल का अति धन्यवाद करता हूं जो आपको इस धरना प्रदर्शन को कवरेज करने के लिए यहां पे पहुंचे। सो साथियों समेत SSP ऑफिस मोहाली दे विच बहुजन समाज पार्टी ते वक वक पिंडा तो गुरु रविदास महाराज जी नूं मनन वाली संस्थावां यहां पे धरना प्रदर्शन में पहुंची हैं। जो विषय था वो कैमलो तीर्थ गुरु रविदास मंदिर मुकंदपुर डेरा बसी दे विच छम्मी बाबा जी जो वहां पर पिछले 3 साल ना तो सेवा करते आ रहे हैं उन्हां ते एक शरारती अंसर जो नाल वाले मंदिर दे विच रहिंदा है ते उहदे नाल कुछ व्यक्ति ਜਿਨ੍ਹਾਂ ਨੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਦੇ ਵਿੱਚ ਟਰੈਕਟਰ ਲੈ ਕੇ ਉਹਨਾਂ ਨੇ ਛੰਮੀ ਬਾਬਾ ਜੀ ਦੇ ਉੱਪਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਡੰਡੇ ਨਾਲ ਮਾਰ ਪਿਟਾਈ ਵੀ ਕੀਤੀ ਅਤੇ ਉਹਦੀ ਜਿਹੜੀ ਰਿਪੋਰਟ ਦਿੱਤੀ ਗਈ SHO ਡੇਰਾ ਬਸੀ ਨੂੰ ਤੋ SHO ਸਾਹਿਬ ਨਾਲ ਜੋ ਵੀ ਉਹਨਾਂ ਨੇ ਕੋਈ ਇੰਨੀ ਧਾਰਾਵਾਂ ਦੇ ਵਿੱਚ ਜੋ ਬਣਨੀ ਚਾਹੀਦੀ ਧਾਰਾਵਾਂ ਦੀ ਉਹਨਾਂ ਦੇ ਤਹਿਤ ਕੋਈ ਮੁਕੱਦਮਾ ਦਰਜ ਨਾ ਕੀਤਾ ਤੋ ਤਾਂ ਕਰਕੇ ਅੱਜ ਵੱਖ ਵੱਖ ਪਿੰਡਾਂ ਤੋਂ ਜਥੇਬੰਦੀਆਂ ਨੇ ਆ ਕੇ SSP ਆਫਿਸ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਅਤੇ ਜਿਹਦੇ ਪਿੱਛੇ ਜਿਹੜੇ ਸਾਡੇ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਹੈ ਜੱਸੀ ਤੱਲਣ ਸਾਹਿਬ ਉਹ SSP ਸਾਹਿਬ ਨੂੰ ਮਿਲਣ ਗਏ ਹੋਏ ਹੈ ਅਤੇ ਜੋ ਵੀ ਉਹਨਾਂ ਦਾ ਦਿਸ਼ਾ ਨਿਰਦੇਸ਼ ਹੋਏਗਾ ਉਸਕੇ ਮੁਤਾਬਿਕ ਅੱਗੇ ਧਰਨਾ ਪ੍ਰਦਰਸ਼ਨ ਚੱਲੇਗਾ ਨਹੀਂ ਚੱਲੇਗਾ ਤੋ ਉਹਨਾਂ ਦੇ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ। ਸੋ ਇੰਨਾ ਹੀ ਕਹਿੰਦੇ ਹੋਏ ਆਪਕੇ ਚੈਨਲ ਕਾ ਵੈ ਵੱਖ ਵੱਖ ਪਿੰਡਾਂ ਤੋਂ ਆਈ ਵੀ ਸਾਰੀ ਸੰਸਥਾਵਾਂ ਦਾ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤੱਲਣ ਜੀ ਦਾ ਅਤੇ ਬਹੁਜਨ ਸਮਾਜ ਪਾਰਟੀ ਦੇ ਸਮੁੱਚੀ ਲੀਡਰਸ਼ਿਪ ਦਾ ਮੈਂ ਹਾਰਦਿਕ ਧੰਨਵਾਦ ਕਰਦਾ ਹਾਂ। ਸੋ ਸਾਰਿਆਂ ਨੂੰ ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ।